subscribe our channel for latest updates. ਅੰਗਨਵਾੜੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਉਹਨਾਂ ਨੂੰ ਨਾ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਵਿੱਚ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਦਾ ਆਯੋਜਨ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ 'ਚ ਭਾਰੀ ਗਿਣਤੀ 'ਚ ਆਂਗਨਵਾੜੀ ਵਰਕਰ ਅਤੇ ਹੈਲਪਰਜ਼ ਹਾਜ਼ਰ ਹੋਏ ਜਿਨ੍ਹਾਂ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਧਰਨਾ ਉਪਰੰਤ ਆਂਗਨਵਾੜੀ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ। ਸਾਡੇ ਜਿਹੜੇ ਕੈਪਟਨ ਸਾਹਿਬ ਹੈ ਪੰਜਾਬ ਦੇ ਮੁੱਖ ਮੰਤਰੀ, ਇਹ ਉਹਨਾਂ ਦੀਆਂ ਅਣਗਹਿਲੀਆਂ ਕਾਰਨ ਹੋ ਰਿਹਾ। ਉਹਨਾਂ ਦਾ ਧਿਆਨ ਪੰਜਾਬ ਵੱਲ ਹੈ ਨਹੀਂ ਗਾ। ਉਹ ਕੋਈ ਸਮਾਂ ਨਹੀਂ ਦਿੰਦੇ ਕਿ ਸਾਡੀ ਜਨਤਾ ਕਿਵੇਂ ਰੁਲ ਰਹੀ ਹੈ। ਉਹਨਾਂ ਨੇ ਵੋਟਾਂ ਮੰਗੀਆਂ ਸਾਥੋਂ ਐਜ ਏ ਮੁੱਖ ਮੰਤਰੀ, ਸਾਡਾ ਉਹਨਾਂ ਨੇ ਉਹਨਾਂ ਦਾ ਫਰਜ਼ ਹੈ ਲੋਕਾਂ ਦੀ ਗੱਲ ਸੁਣਨ, ਲੋਕਾਂ ਦੀ ਸੇਵਾ ਕਰਨ। ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਮਹਾਰਾਜਾ ਬਣ ਕੇ ਬਹਿ ਗਏ। ਉਹ ਹੁਣ ਕਿਸੇ ਨੂੰ ਕੋਈ ਟਾਈਮ ਨਹੀਂ ਦਿੰਦੇ, ਉਹ ਰਾਜਾ ਟਾਈਪ ਬਣ ਕੇ ਉਹ ਰਾਜ ਚਲਾ ਰਹੇ ਹੈ। ਲੋਕਾਂ ਦੀ ਦੁੱਖ ਤਕਲੀਫ ਦਰਦ ਨਹੀਂ ਸਮਝ ਰਹੇ। ਉਹ ਉਹਨਾਂ ਦਾ ਧਿਆਨ ਤਾਂ ਬਾਰਡਰੋਂ ਬਾਹਰ ਲੱਗਿਆ ਹੋਇਆ, ਉਹ ਬਾਰਡਰੋਂ ਬਾਹਰ ਵੇਖੇ ਜਾਂਦੇ, ਉਹ ਇੱਧਰ ਨਹੀਂ ਵੇਖਦੇ ਵੀ ਕੀ ਹੋਈ ਜਾਂਦਾ। ਸੋ ਇਸ ਕਰਕੇ ਅਸੀਂ ਕੈਪਟਨ ਦੀਆਂ ਨੀਤੀਆਂ ਤੋਂ ਬੇਹੱਦ ਤੰਗ ਆ। ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਨਰਸਰੀ ਕਲਾਸਾਂ ਸਾਨੂੰ ਦਿੱਤੀਆਂ ਜਾਣ, ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਤੇ ਅਸੀਂ ਗਲੀਆਂ ਬਾਜ਼ਾਰਾਂ 'ਚ ਇਹਨਾਂ ਦਾ ਜਲੂਸ ਕੱਢਾਂਗੇ ਤੇ ਅਰੁਣਾ ਚੌਧਰੀ ਦੀ ਕੋਠੀ ਦਾ ਘਿਰਾਓ ਕਰਾਂਗੇ। ਆਂਗਨਵਾੜੀ ਵਰਕਰਾਂ ਜਿਹੜੀ ਕਿ 42 ਸਾਲਾਂ ਤੋਂ ਇਸ ਸੇਵਾ ਨੂੰ ਨਿਭਾ ਰਹੀ ਹੈ, ਜਿਹੜੇ ਬੱਚੇ ਉਹਨਾਂ ਕੋਲ ਆ ਰਹੇ ਆ ਇਹ ਉਹਨਾਂ ਕੋਲ ਹੀ ਰਹਿਣ, ਪ੍ਰੀ ਨਰਸਰੀ ਕਲਾਸਾਂ ਜਿਹੜੀਆਂ ਆਂਗਨਵਾੜੀ ਵਰਕਰਾਂ ਨੂੰ ਹੀ ਦਿੱਤੀਆਂ ਜਾਣ। ਸਰਕਾਰ ਜੀ ਕਹਿੰਦੀ ਹੈ ਕਿ ਆਪਾਂ ਇਹਨਾਂ ਨੂੰ ਇੱਦਾਂ ਹੀ ਸੈਲਰੀ ਦੇਵਾਂਗੇ, 6 ਮਹੀਨੇ ਦੀ ਸੈਲਰੀ ਸਾਡੀ ਪਹਿਲੇ ਰੁਕੀ ਹੋਈ ਸੀਗੀ, ਉਹ ਤੇ ਅਸੀਂ ਕੰਮ ਕਰਕੇ ਵੀ ਕੰਮ ਵੀ ਕਰਦੀਆਂ ਸੀਗੀਆਂ ਤਾਂ ਵੀ ਉਹ ਸੈਲਰੀ ਰੁਕੀ ਹੋਈ ਸੀ, ਤੇ ਹੁਣ ਸਰਕਾਰ ਸਾਨੂੰ ਫ੍ਰੀ ਬਿਠਾ ਕੇ ਕਿਵੇਂ ਸੈਲਰੀ ਦੇਵੇਗੀ? ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿ ਸਾਡੇ ਹੱਕ ਸਾਡੇ ਕੋਲੋਂ ਨਾ ਖੋਏ ਜਾਣ, ਸਾਡੇ ਹੱਕ ਸਾਨੂੰ ਦਿੱਤੇ ਜਾਣ। ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਦੇ ਅੱਗੇ ਕਿ ਸਾਨੂੰ ਸੜਕਾਂ ਤੇ ਲੈ ਕੇ ਨਾ ਆਓ। ਪੰਜਾਬ ਸਰਕਾਰ ਉਦਾਂ ਤਾਂ ਕਹਿੰਦੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਇਹ ਸਕੀਮ ਚਲਾਈ ਹੋਈ ਹੈ, ਲੇਕਿਨ ਅੱਜ ਉਹਨਾਂ ਦੀਆਂ ਨੂੰਹਾਂ ਧੀਆਂ ਜਿਹੜੀਆਂ ਸੜਕਾਂ ਤੇ ਬੈਠੀਆਂ ਨੇ, ਉਹ ਰੁਲਦੀਆਂ ਪਈਆਂ ਨੇ। ਸਰਕਾਰ ਨੇ ਸਾਡੀ ਖੈਰ ਨਹੀਂ ਮੰਗੀ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।